ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿੱਤੇ ਲੰਬੇ ਸਮੇਂ ਤੋਂ ਸੜਕਾਂ 'ਤੇ ਉਤਰ ਕੇ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਲੜਾਈ ਲੜ ਰਹੇ ਹਨ ਪਰ ਕੇਂਦਰ ਸਰਕਾਰ ਆਪਣੇ ਅੜੀ ਰਵਈਏ ਤੇ ਡੱਟੀ ਹੋਈ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਕੜ ਭੰਨਣ ਦੇ ਲਈ ਕਿਸਾਨਾਂ ਦੇ ਸਲੈਬ ਨੇ ਦਿੱਲੀ ਪਹੁੰਚ ਕੇ ਹਹਾਕਾਰ ਮਚਾ ਦਿੱਤੀ ਤੇ ਸਰਕਾਰ ਦਾ ਰੱਜ ਕੇ ਜਲੂਸ ਕੱਢਿਆ ਤਾਂ ਜੋ ਸਰਕਾਰ ਖੇਤੀ ਖਿਲਾਫ ਕਾਲੇ ਕਾਨੂੰਨਾਂ ਨੂੰ ਵਾਪਸ ਕਰੇ ਇਸੇ ਅੰਦੋਲਨ ਦਾ ਹਿੱਸਾ ਬਣਨ ਲਈ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵੱਡਾਲਾ ਨੇ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚ ਕੀਤੀ ਜਿੱਥੇ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੇਂਦਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕਦੀ ਇਸ ਦੇ ਨਾਲ ਹੀ ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਪ੍ਰੋਟੈਸਟ ਕਰ ਰਹੇ ਆ ਵਿਰੋਧ ਕਰ ਰਹੇ ਆ ਕਾਲੇ ਕਾਨੂੰਨਾਂ ਦਾ ਅਤੇ ਮੰਗ ਕਰ ਰਹੇ ਨੇ ਸਾਰੀ ਹਿੰਦ ਸਰਕਾਰ ਤੋਂ ਕਿ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਕੋਵਿਡ ਦੇ ਸਮੇਂ ਦੌਰਾਨ ਐਂਡੀਆ ਦੀ ਸਰਕਾਰ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਬੜਾ ਲੰਬਾ ਸੰਘਰਸ਼ ਹੋ ਗਿਆ ਕਿਸਾਨਾਂ ਦਾ ਤੀਜਾ ਮਹੀਨਾ ਚੱਲ ਰਿਹਾ ਐਡੇ ਭਿਆਨਕ ਸਮੇਂ 'ਚੋਂ ਲੰਘ ਕੇ ਕਿਸਾਨਾਂ ਨੇ ਪਹਿਲਾਂ ਰੇਲਾਂ ਤੇ ਜਾ ਕੇ ਧਰਨੇ ਦਿੱਤੇ ਪੁਲਾਂ ਤੇ ਧਰਨੇ ਦਿੱਤੇ ਟਰੋਲਾਂ ਦੇ ਖੜ ਕੇ ਸੜਕਾਂ ਬੰਦ ਕੀਤੀਆਂ ਇੱਥੋਂ ਤੱਕ ਕਿ ਬਜ਼ੁਰਗ ਮਤਾਵਾਂ ਨੇ ਬੱਚਿਆਂ ਨੇ ਵੀ ਉਹਦੇ ਵਿੱਚ ਹਿੱਸਾ ਲਿਆ ਸਾਨੂੰ ਇਸ ਗੱਲ ਦੀ ਬੜੀ ਹੈਰਾਨੀ ਆ ਕਿ ਐਨਡੀਆ ਦੀ ਸਰਕਾਰ ਪ੍ਰਾਈਮ ਮਿਨਿਸਟਰ ਮੋਦੀ ਜਦ ਸਾਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਕਰੋਪ ਬਹੁਤ ਵੱਡੇ ਪੱਧਰ ਤੇ ਫੈਲ ਗਿਆ ਲੱਖਾਂ ਹੀ ਜਾਨਾਂ ਚਲ ਗਈਆਂ ਦੁਨੀਆ ਦੇ ਵਿੱਚ ਵੱਡੇ ਵੱਡੇ ਮੁਲਕ ਉਹਦੀ ਮਾਰ ਹੇਠ ਆ ਗਏ ਤੇ ਮੋਦੀ ਸਾਹਿਬ ਨੇ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਕਿਉਂ ਲੈ ਕੇ ਆਂਦੇ ਇਹ ਕਿਸੇ ਨੂੰ ਸਮਝ ਨਹੀਂ ਆਈ ਕਿਸਾਨਾਂ ਨੇ ਉਦੋਂ ਤੋਂ ਲੈ ਕੇ ਇਹ ਮੰਗ ਰੱਖੀ ਕਿ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਲਾਓ ਜਿਹੜੀ ਐਮਐਸਪੀ ਹੈ ਮਿਨਿਮਮ ਸਪੋਰਟ ਪ੍ਰਾਈਸ ਉਹਨੂੰ ਸਾਡਾ ਜਮਹੂਰੀ ਅਧਿਕਾਰ ਮੰਦੋਂ ਇਹ ਜਿਹੜਾ ਮੰਡੀਕਰਨ ਸਿਸਟਮ ਹੈ ਦੁਨੀਆ ਦਾ ਆਪਣੇ ਦੇਸ਼ ਦਾ ਉਹ ਸਾਰਾ ਮੰਡੀਕਰਨ ਸਿਸਟਮ ਪੁਰਾਣੇ ਵਾਂਗੂ ਜਿਉਂ ਦਾ ਤਿਉਂ ਉਹਨੂੰ ਬਰਕਰਾਰ ਰੱਖੋ ਪਰ ਕੇਂਦਰ ਸਰਕਾਰ ਨੇ ਇੱਕ ਨਾ ਸੁਣੀ ਜਿਉਂ ਨਹੀਂ ਸਰਕੀ ਉਹਨਾਂ ਦੇ ਕੰਨਾਂ ਵਿੱਚ ਤੇ ਕਿਸਾਨ ਜਥੇਬੰਦੀਆਂ ਨੇ ਬੜੇ ਲੰਬੇ ਸਮੇਂ ਤੋਂ ਕਈ ਐਲਾਨ ਕੀਤੇ ਵੱਡੇ ਵੱਡੇ ਪ੍ਰੋਟੈਸਟ ਕੀਤੇ ਤੇ ਜਿਹੜਾ 26 27 ਨੂੰ ਦਿੱਲੀ ਆਉਣ ਦਾ ਪ੍ਰੋਗਰਾਮ ਉਹ ਵੀ ਬਹੁਤ ਹਫ਼ਤੇ ਪਹਿਲਾਂ ਉਹਨਾਂ ਨੇ ਐਲਾਨ ਕਰਤਾ ਸੀ ਤੇ ਚੰਗਾ ਹੁੰਦਾ ਜੇ ਕੇਂਦਰ ਦੀ ਸਰਕਾਰ ਅੱਜ ਇਹ ਸਮਾਂ ਨਾ ਲਿਆਉਂਦੀ ਇਸ ਦਿੱਲੀ ਦੇ ਘਰਾਓ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਸੱਦ ਕੇ ਤੇ ਇਹ ਜਿਹੜਾ ਫੈਸਲਾ ਕਰ ਦਿੰਦੇ ਪਰ ਪੰਜਾਬ ਦੀ ਜਿਹੜੀ ਸਪਿਰਟ ਆ ਪੰਜਾਬੀਆਂ ਦਾ ਜਜ਼ਬਾ ਇਹ ਦੇਖਣ ਨੂੰ ਮਿਲਿਆ ਸਾਰੇ ਦੇਸ਼ ਨੂੰ ਦੇਖੋ ਅੱਗੇ ਵੀ ਪੰਜਾਬੀ ਸਦਾ ਹੀ ਦੇਸ਼ ਖਾਤਰ ਲੜਦੇ ਰਹੇ ਦੇਸ਼ ਖਾਤਰ ਕੁਰਬਾਨੀਆਂ ਕਰਦੇ ਰਹੇ ਸ਼ਹਾਦਤਾਂ ਵੀ ਦਿੱਤੀਆਂ ਇਥੋਂ ਤੱਕ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬਹੁਤ ਵੱਡਾ ਯੋਗਦਾਨ ਪੰਜਾਬੀਆਂ ਨੇ ਪਾਇਆ ਪੰਜਾਬ ਇੱਕ ਕਿਸਾਨੀ ਸੂਬਾ ਆ ਹਰਿਆਣਾ ਵੀ ਇੱਕ ਕਿਸਾਨੀ ਸੂਬਾ ਆ ਤੇ ਜਦੋਂ ਕਿਸਾਨ ਜਥੇਬੰਦੀਆਂ ਪਰਸੋਂ ਚੌਦ ਤੋਂ ਲੈ ਕੇ ਦਿੱਲੀ ਨੂੰ ਆਰੀਆਂ ਸਨ ਤੇ ਜਿਹੜੀਆਂ ਰੁਕਾਵਟਾਂ ਹਰਿਆਣੇ ਦੀ ਸਰਕਾਰ ਨੇ ਰਾਹ 'ਚ ਉਹਨਾਂ ਵਾਸਤੇ ਬਣਾਈਆਂ ਉਹ ਬਹੁਤ ਨਿੰਦਨਯੋਗ ਆ ਤੇ ਬਹੁਤ ਕਟਿਆ ਹਰਕਤ ਸੀ ਅਸੀਂ ਖੱਟੜ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਪੰਜਾਬ ਵੀ ਦੇਸ਼ ਦਾ ਸੂਬਾ ਅਸੀਂ ਵੀ ਹਿੰਦੁਸਤਾਨ ਦੇ ਨਾਗਰਿਕ ਆ ਤੇ ਜੇ ਦੇਸ਼ ਦੀ ਸਰਕਾਰ ਨੇ ਇਹ ਕਾਨੂੰਨ ਬਣਾਏ ਪਾਰਲੀਮੈਂਟ ਨੇ ਪਾਸ ਕੀਤੇ ਤੇ ਪੰਜਾਬੀਆਂ ਦਾ ਹਰਿਆਣੀਆਂ ਦਾ ਉੱਤਰ ਪ੍ਰਦੇਸ਼ ਵਾਲਿਆਂ ਦਾ ਰਾਜਸਤਾਨੀਆਂ ਦਾ ਉੱਤਰਾਖੰਡ ਵਾਲਿਆਂ ਦਾ ਜਾਂ ਕੇਰਲਾ ਵਾਲਿਆਂ ਦਾ ਕਰਨਾਟਕਾ ਵਾਲਿਆਂ ਦਾ ਉਹਨਾਂ ਦਾ ਸਾਰਿਆਂ ਦਾ ਅਧਿਕਾਰ ਹੈ ਕਿ ਇਹ ਦਿੱਲੀ ਸਾਡੀ ਰਾਜਧਾਨੀ ਹੈ ਪਿੱਛੇ ਆਪਣੇ ਦਿੱਲੀ ਜਿੱਥੇ ਆਪਾਂ ਖੜੇ ਆ ਤੇ ਅਸੀਂ ਇਸ ਰਾਜਧਾਨੀ ਵਿੱਚ ਆ ਕੇ ਬਤੌਰ ਇਸ ਦੇਸ਼ ਦੇ ਨਾਗਰਿਕ ਅਸੀਂ ਵਿਰੋਧ ਕਰ ਸਕਦੇ ਹਾਂ ਪ੍ਰੋਟੈਸਟ ਕਰ ਸਕਦੇ ਹਾਂ ਜਿਹੜਾ ਮਨੋਰ لال ਖੱਟੜ ਜੀ ਦੀ ਸਰਕਾਰ ਨੇ ਰੋਕਿਆ ਤਾਂ ਇਹ ਜਗਰਾ ਪੰਜਾਬ ਦੇ ਕਿਸਾਨਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਚਾਹੇ ਟੀਅਰ ਗਿਆ ਛੱਡੀ ਚਾਹੇ ਉਹਨਾਂ ਨੇ ਪਾਣੀ ਦੇ ਬਿਛਾੜਾ ਛੱਡੀਆਂ ਜਾਂ ਵੱਡੇ ਵੱਡੇ ਪੱਥਰ ਲਾ ਕੇ ਰਾਹ ਬੰਦ ਕਰਤੇ ਮਿੱਟੀ ਦੇ ਟੀਅਰ ਲਿਆ ਕੇ ਉਹਨਾਂ ਨੇ ਉੱਥੇ ਡੰਪ ਕਰਤੇ ਉਹਦੇ باوجود ਬਹੁਤ ਸਾਨੂੰ ਇਸ ਗੱਲ ਦਾ ਮਾਣ ਹੋਇਆ ਫਕਰ ਹੋਇਆ ਜਦ ਸਾਰੀ ਦੁਨੀਆ ਨੇ ਇਹ ਮੀਡੀਆ ਤੇ ਦ੍ਰਿਸ਼ ਦੇਖਿਆ ਕਿ ਕਿਵੇਂ ਪੰਜਾਬ ਦੇ ਬਹਾਦਰ ਕਿਸਾਨ हरियाणा ਦੇ ਬਹਾਦਰ ਕਿਸਾਨ ਕਿਵੇਂ ਉਹਨਾਂ ਨੇ ਰੋਕਾ ਤੋੜ ਕੇ ਪਾਸੇ ਕਰਕੇ ਹਰਿਆਣੇ ਦੀ ਪੁਲਿਸ ਨੂੰ ਮਜਬੂਰ ਕਰਤਾ ਕਿ ਰਾਹ ਸਾਫ ਕਰ ਦਿਓ ਤੇ ਅਸੀਂ ਦਿੱਲੀ ਤੱਕ ਜਰੂਰ ਜਾਣਾ ਆ ਅੱਜ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ ਅਮਿਤ ਸ਼ਾ ਕਿਸਾਨਾਂ ਨੂੰ ਕਹਿ ਰਿਹਾ ਕਿ ਤੁਸੀਂ ਜਿਹੜੀ ਬਰੋਰੀ ਦੀ ਗਰਾਊਂਡ ਹੈ ਉੱਥੇ ਆ ਕੇ ਤੁਸੀਂ ਸੰਘਰਸ਼ ਕਰ ਸਕਦੇ ਹੋ ਪ੍ਰੋਟੈਸਟ ਕਰ ਸਕਦੇ ਹੋ ਜੇ ਅਮਿਤ ਸ਼ਾ ਜੀ ਨੇ ਗੱਲ ਆਖੀ ਆ ਕਿਸਾਨੀਆਂ ਕਿਸਾਨ ਜਥੇਬੰਦੀਆਂ ਨੂੰ ਤਾਂ ਫਿਰ ਮਨੋਰ لال ਖੱਟਰ ਜੀ ਤੁਹਾਨੂੰ ਪੁੱਛਦੇ ਆਂ ਪ੍ਰੈਸ ਦੇ ਮਾਧਿਅਮ ਰਾਹੀਂ ਫਿਰ ਤੁਸੀਂ ਜਿਹੜਾ ਕੰਮ ਕੀਤਾ ਉਹ ਗੈਰ ਸਵਧਾਨਕ ਅਤੇ ਕਾਨੂੰਨ ਦੇ ਉਲਟ ਸੀਗਾ ਸਾਡਾ ਜਿਹੜਾ ਜਮਹੂਰੀ ਅਧਿਕਾਰ ਆ ਅਸੀਂ ਪ੍ਰੋਟੈਸਟ ਕਰ ਸਕਦੇ ਆਂ ਸ਼ਾਂਤਮਈ ਤਰੀਕੇ ਨਾਲ ਅਸੀਂ ਸ਼ਾਂਤੀ ਦੇ ਪੁਜਾਰੀ ਆ ਅਮਨ ਅਸੀਂ ਸਦਾ ਹੀ ਮੰਗਦੇ ਆਂ ਤੇ ਅਸੀਂ ਦੇਸ਼ ਭਗਤ ਆ ਤੇ ਕੋਈ ਇਸ ਸੰਘਰਸ਼ ਵਿੱਚ ਚਾਹੇ ਪੰਜਾਬ ਵਿੱਚ ਹਰਿਆਣਾ ਵਿੱਚ ਕੋਈ ਅਨਸਕਾਮੀ ਘਟਨਾ ਨਹੀਂ ਹੋਈ ਕਿਸੇ سرکاری پراپرٹی دا نقصان نہیں ਹੋਇਆ ਕਿਸੇ ਵਿਅਕਤੀ ਨੂੰ ਕੋਈ ਤਕਲੀਫ ਨਹੀਂ ਪਹੁੰਚਾਈ ਇਦਾਂ ਜਾਬਤੇਜ ਰਹਿ ਕੇ ਅਨੁਸ਼ਾਸਨ ਵਿੱਚ ਰਹਿ ਕੇ ਕਿਸਾਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਤਾਂ ਫੇਰ ਖੱਟਰ ਸਾਹਿਬ ਤੁਹਾਨੂੰ ਇੱਕ ਕੰਮ ਦੀ ਲੋੜ ਨਹੀਂ ਸੀ ਤੇ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਤਾਂ ਫਲਾਨੇ ਹੋ ਧਮਕੜੇ ਹੋ ਗਲਤ ਆ ਅਸੀਂ ਦੇਸ਼ ਭਗਤ ਆ ਪੰਜਾਬ ਤੇ ਹਰਿਆਣਾ ਵਿੱਚ ਕੋਈ ਫਰਕ ਨਹੀਂ ਦੋਨੇ ਭਰਾ ਨੇ ਤੇ ਇਹਨਾਂ ਦੋਹਾਂ ਸੂਬਿਆਂ ਨੇ ਦੇਸ਼ ਦੀ ਅੰਨ ਦੇ ਭੰਡਾਰ ਪਰੇ ਪੰਜਾਬੀਆਂ ਨੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਤੇ ਜਿ ਅੱਜ ਅਸੀਂ ਪਾਣੀ ਵੀ ਗੋਆ ਲਿਆ ਆਪਣੀ ਜ਼ਮੀਨ ਵੀ ਖਰਾਬ ਕਰ ਲਈ ਤੇ ਅਸੀਂ ਆਪਣਾ ਇਨਾ ਸਾਰਾ ਕੁਝ ਪ੍ਰਦੂਸ਼ਿਤ ਕੀਤਾ ਦੇਸ਼ ਖਾਤਰ ਦੇਸ਼ ਦੀ ਸੇਵਾ ਕੀਤੀ ਆ ਤੇ ਸਾਡਾ ਅਧਿਕਾਰ ਬਣਦਾ ਕਿ ਜੇ ਸਾਨੂੰ ਕਿਸੇ ਗੱਲ ਦਾ ਵਿਰੋਧ ਕਰਨਾ ਪਵੇ ਅਸੀਂ ਕਰ ਸਕਦੇ ਹਾਂ ਸੋ ਅੱਜ ਲੱਖਾਂ ਦੀ ਗਿਣਤੀ ਵਿੱਚ ਕੋਈ ਇੱਥੇ ਆਪਣੇ ਗਿਣਤੀ ਕਰ ਨਹੀਂ ਸਕਦੇ ਚਾਹੇ ਇੱਥੇ ਦਾ ਬਾਰਡਰ ਆ ਸੋਨੀਪੱਤ ਦਾ ਜਾਂ ਰੋहतक ਵਾਲਾ ਬਾਰਡਰ ਆ ਜਾਂ ਕੋਈ ਬਾਦਰਗੜਾ ਵਾਲਾ ਜਾਂ ਹੋਰ ਵੀ ਕੋਈ ਬਾਰਡਰ ਜਿਹੜਾ ਆਪਣੇ ਦਿੱਲੀ ਦੇ ਨਾਲ ਲੱਗਦਾ ਲੱਖਾਂ ਹੀ ਕਿਸਾਨ ਇਸ ਬਾਰਡਰ ਤੇ ਆ ਕੇ ਖੜੇ ਨੇ ਤੇ ਦਿੱਲੀ ਨੂੰ ਜਾਣ ਵਾਸਤੇ ਆਪਣੇ ਗੁਹਾਰ ਕਰ ਰਹੇ ਨੇ ਤੇ ਚਾਹੀਦਾ ਹੈ ਕਿ ਕੇਂਦਰ ਦੀ ਸਰਕਾਰ ਛੇਤੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਐਮਐਸਪੀ ਨੂੰ ਜਮੂਰੀ ਅਧਿਕਾਰ ਮੰਨੇ ਅਤੇ ਜਿਹੜਾ ਮੰਡੀਕਰਨ ਸਿਸਟਮ ਹੈ ਜਿਉਂ ਦਾ ਤਿਉਂ ਰਵੇ ਤਾਂ ਕਿ ਕਿਸਾਨ ਦੇਸ਼ ਲਈ ਆਪਣੇ ਪਰਿਵਾਰਾਂ ਲਈ ਆਪੋ ਆਪਣੇ ਸੂਬਿਆਂ ਲਈ ਫੇਰ ਮਿਹਨਤ ਕਰ ਸਕਣ ਫਿਰ ਸੇਵਾ ਕਰ ਸਕਣ ਦੇਖੋ ਅਸੀਂ ਬਤੌਰ ਕਿਸਾਨ ਆਏ ਆ ਅਸੀਂ ਕਿਸਾਨ ਪਰਵਾਰਾਂ ਚ ਜਨਮ ਲਿਆ ਅਸੀਂ ਕਿਸਾਨੀ ਕੀਤੀ ਹੈ ਖੇਤੀਬਾੜੀ ਹੁਣ ਵੀ ਕਰਦੇ ਆ ਸਾਡਾ ਕਿਤਾ ਕਿਸਾਨੀ ਹੈ ਤੇ ਆਪਣੇ ਦੇਸ਼ ਦੇ ਤਕਰੀਬਨ 60 ਤੋਂ 70% ਲੋਕ ਕਿਸਾਨੀ ਨਾਲ ਜੁੜੇ ਨੇ ਸਾਰੇ ਹਿੰਦੁਸਤਾਨ ਦੇ ਦੁਨੀਆ ਇਹ ਅੰਕੜੇ ਜਾਣਦੀ ਹੈ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅੱਜ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਹੋਈਏ ਚਾਹੇ ਸਾਡੀ ਸਾਡਾ ਪ੍ਰਦੇਸ਼ ਕਿਸਾਨੀ ਪਰਿਵਾਰ ਚ ਹੋਈ ਹੈ ਤੇ ਸਾਡੀ ਜਿਹੜੀ ਪਰਵਰਸ਼ ਆ ਉਹ ਪੰਥਕ ਵਿਚਾਰਤਾਰਾ ਚ ਹੋਈ ਹੈ ਅਸੀਂ ਪੰਥ ਨੂੰ ਸਮਰਪਿਤ ਆ ਅੱਜ ਕਿਵੇਂ ਲੰਗਰ ਲੱਗੇ ਨੇ ਸਾਰੇ ਆਪਣੇ ਹਰਿਆਣੇ ਚ ਸਾਰੇ ਪੰਜਾਬ ਵਿੱਚ ਉਹਨਾਂ ਲੋਕਾਂ ਨੂੰ ਲੰਗਰ ਸ਼ਿਕਾਏ ਜਾ ਰਹੇ ਨੇ ਜਿਨ੍ਹਾਂ ਲੋਕਾਂ ਨੇ ਡਾਂਗਾ ਮਾਰੀਆਂ ਜਿਨ੍ਹਾਂ ਨੇ ਟੇਰ ਗਿਆ ਛੱਡੀ ਤੇ ਇਹ ਹੈ ਸੰਕਲਪ ਸਿੱਖ ਪੰਥ ਦਾ ਭਾਈ ਕਨਈਆ ਜੀ ਦਾ ਨਾ ਕੋਈ ਵੈਰੀ ਨਹੀਂ ਬਗਾਨਾ ਇਹ ਸਭ ਨੂੰ ਬਰਾਬਰਤਾ ਦੇ ਨਾਲ ਉਸ ਸੋਚ ਨਾਲ ਉਸ ਨਿਗਾਹ ਨਾਲ ਸਿੱਖ ਪੰਥ ਨੇ ਦੇਖਿਆ ਜਿਹੜਾ ਕਿ ਕਰੋਨਾ ਵਾਇਰਸ ਦੇ ਦੌਰਾਨ ਦੁਨੀਆ ਇਸ ਗੱਲ ਨੂੰ ਮੰਨ ਗਈ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਪੰਥਕ ਲੋਕ ਪਰਿਵਾਰ ਬੈਠੇ ਸਨ ਉੱਥੇ ਉਹਨਾਂ ਨੇ ਸਾਰੇ ਪਾਸੇ ਲੰਗਰ ਦੀ ਸੇਵਾ ਕੀਤੀ ਅਤੇ ਕਰੋਨਾ ਵਾਇਰਸ ਦੇ ਸਮੇਂ ਵਿੱਚ ਵੀ ਲੰਗਰ ਛਕਾ ਕੇ ਪੰਜਾਬੀਆਂ ਨੇ ਸਿੱਖ ਪੰਥ ਦੇ ਪੈਰੋਕਾਰਾਂ ਨੇ ਗੁਰੂ ਘਰਾਂ 'ਚੋਂ ਮੰਦਰਾਂ 'ਚੋਂ ਬਹੁਤ ਵੱਡੀ ਸੇਵਾ ਕੀਤੀ ਅੱਜ ਵੀ ਚਾਹੇ ਹਰਿਆਣਾ ਹੋਵੇ ਦਿੱਲੀ ਹੋਵੇ ਪੰਜਾਬ ਹੋਵੇ ਲੰਗਰਾਂ ਦੀ ਸੇਵਾ ਗੁਰੂ ਘਰਾਂ 'ਚੋਂ ਧਾਰਮਿਕ ਸਥਾਨਾਂ ਜਿਉਂ ਦੀ ਤਿਉਂ ਜਾਰੀ ਹੈ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਜਿਹੜੇ ਕਾਲੇ ਕਾਨੂੰਨ ਆ ਵਾਪਸ ਲਾਓ ਐਮਐਸਪੀ ਨੂੰ ਸਾਡਾ ਜਿਹੜਾ ਮੌਲਿਕ ਅਧਿਕਾਰ ਹੈ ਉਹਨੂੰ ਮੰਨੋ ਮੰਡੀਕਰਨ ਸਿਸਟਮ ਜਿਉਂ ਦਾ ਤਿਉਂ ਉਹਨੂੰ ਬਰਕਰਾਰ ਰੱਖੋ ਤੇ ਕੋਈ ਵੀ ਇੱਥੇ ਨਾ ਕੋਈ Đਾਨੀ ਆਵੇ ਨਾ ਕੋਈ ਅਮਾਨੀ ਆਵੇ ਨਾ ਟਾਟਾ ਨਾ ਬਿਰਲਾ ਆਵੇ ਕਿਸਾਨੀ ਬਹੁਤ ਸੰਘਰਸ਼ ਇਹ ਵਿੱਚੋਂ ਲੰਘ ਰਹੀ ਹੈ ਬੜੇ ਸੰਕਟ ਚੋਂ ਲੰਘ ਰਹੀ ਹੈ ਅੱਜ ਕੇਂਦਰ ਦੀ ਸਰਕਾਰ ਦਾ ਫਰਜ਼ ਬਣਦਾ ਕਿ ਦੇਸ਼ ਦੇ ਕਿਸਾਨਾਂ ਦੀ ਬਾਹ ਫੜ ਕੇ ਜੋ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਉਹਨੂੰ ਪਰਵਾਨ ਕਰਨ ਤਾਂ ਕਿ ਕਿਸਾਨ ਆਪੋ ਆਪਣੇ ਘਰਾਂ ਨੂੰ ਜਾ ਕੇ ਆਪਣੇ ਘਰਾਂ ਵਾਸਤੇ ਪਰਿਵਾਰਾਂ ਵਾਸਤੇ ਦੇਸ਼ ਵਾਸਤੇ ਮਿਹਨਤ ਕਰ ਸਕਣ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦੇ ਹਾਂ ਕਿ ਆਪਾਂ ਇਸ ਸੰਘਰਸ਼ ਵਿੱਚੋਂ ਗੁਰੂ ਸਾਹਿਬ ਪਰਮ ਪਿਤਾ ਪਰਮੇਸ਼ਵਰ ਆਪਣੇ ਦੇ ਮਿਹਰ ਕਰਨਗੇ ਆਪਾਂ ਇਸ ਸੰਘਰਸ਼ ਵਿੱਚੋਂ ਕਾਮਯਾਬ ਹੋ ਕੇ ਫੇਰ ਵਾਪਸ ਜਾਵਾਂਗੇ ਤੇ ਕੇਂਦਰ ਨੂੰ ਕਿਸਾਨੀ ਦੇ ਜਜ਼ਬੇ ਅੱਗੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਜਜ਼ਬੇ ਅੱਗੇ ਝੁਕਣਾ ਪਊਗਾ ਉੱਤਰ ਪ੍ਰਦੇਸ਼ ਦੇ ਕਿਸਾਨ, Rajasthan ਦੇ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਵੀ ਸੂਬੇ ਦੇ ਕਿਸਾਨ ਹੋਣ ਲੇਕਿਨ ਉਹ ਧਰਤੀ ਮਾਤਾ ਨਾਲ ਜੁੜੇ ਆ ਇਸ ਆਪਣੇ ਧਰਤੀ ਦੇ ਮਹਾਨ ਸਪੂਤ ਨੇ ਇਸ ਕਰਕੇ ਉਹ ਇਹ ਸੰਘਰਸ਼ ਕਰ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਂਝ ਟੀਵੀ ਲਈ लवली ਕੁਮਾਰ ਦੀ ਰਿਪੋਰਟ ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ ਜਿਵੇਂ ਨਸਾਂ ਦੀ ਕਮਜ਼ੋਰੀ ਸੈਕਸ ਇੱਛਾ ਦੀ ਕਮੀ ਬਚਪਨ ਚ ਕੀਤੀਆਂ ਗਲਤੀਆਂ ਤਾਂ ਸ਼ਿਕਰਪਤਨ ਘਟਸ਼ਕਰਾਂ ਨੂੰ ਜਾਂ ਪਿਸ਼ਾਬ ਨਾਲ ਵਿਰਜ ਆਉਣਾ ਤਾਂ ਹੁਣ ਘਬਰਾਉਂਦੇ ਨਹੀਂ ਲੋੜ ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛਪਾਉਂਦੇ ਰਹੋਗੇ ਉਮਰ ਹੋਵੇ 25 ਜਾਂ 80 ਸਾਲ ਡਰ-ਧਰਨਾ ਪਟਕੋ ਅਸੀਂ ਕਰਾਂਗੇ ਸਫਲ ਇਲਾਜ ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ ਤਾਕਤ ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ ਵਰਮਾ ਆਯੁਰਵੈਦਿਕ ਦਵਾਈਖਾਨਾ ਨਾਇਆਵਾਲਾ ਚੌਂਗ ਫਗਵਾੜਾ ਹੁਣੇ ਫੋਨ ਕਰੋ 98144 68477 98150 68477